ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਜੇ ਤੱਕ ਨਹੀਂ ਦੱਸਿਆ ਕਿ ਗੁੜੀਆਂ ਨੂੰ ਕੀ ਦਿੱਕਤ ਸੀ, ਅੱਜ ਚੌਥਾ ਦਿਨ ਹੋ ਗਿਆ। ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇਹਨਾਂ ਨੇ ਸਾਨੂੰ ਕਿਹਾ ਬਸ ਭਾਫ ਦੇਣੀ ਹੈ, ਦੋ ਮਿੰਟ ਮਸ਼ੀਨ ਚਲਾਉਣੀ ਹੈ, ਆਪਾਂ ਕਿਹਾ ਕੋਈ ਗੱਲ ਨਹੀਂ ਲਾ ਲਓ, ਆਪਾਂ ਚੱਕੀ ਵੀ ਨਹੀਂ। ਬਿਲਕੁਲ ਕੋਈ ਕਾਰਨ ਨਹੀਂ ਦੱਸਿਆ, ਮੈਨੂੰ ਮਿਲੇ ਨਹੀਂ ਅਜੇ ਤੱਕ, ਮੈਨੂੰ ਛੁੱਟੀ ਮਿਲਣ ਲੱਗੀ ਹੈ, ਅੱਜ ਤੱਕ ਮਿਲੇ ਨਹੀਂ ਹੈ। ਔਰ ਉਸ ਡਾਕਟਰ ਨੇ ਇੰਨੀ ਕੁ ਗੁੰਡਾਗਰਦੀ ਕੀਤੀ ਕਿ ਜਦੋਂ ਤੱਕ ਬੱਚੇ ਦੀ ਡੈਥ ਨਹੀਂ ਉਦੋਂ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਬੱਚੇ ਨੂੰ ਕੀ ਹੋਇਆ, ਤੇ ਉਹਨਾਂ ਨੂੰ ਇਹਨਾਂ ਨੇ ਬਸ ਕੁੜੀ ਫੜਾਤੀ, ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ, ਤੇ ਕੁੜੀ ਤੁਹਾਡੀ ਡੈਥ ਹੋ ਗਈ ਹੈ ਤੇ ਤੁਸੀਂ 4000 ਰੁਪਇਆ ਜਮ੍ਹਾਂ ਕਰਾਓ ਤੇ ਆਪਾਂ ਤੁਹਾਨੂੰ ਕੁੜੀ ਤੁਹਾਡੇ ਵਿਆਹ 'ਚ ਫੜਾ ਦਈਏ। ਡਾਊਨ ਹੋਣ ਦੇ ਕਰਕੇ, ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਕਾਫੀ ਜ਼ਿਆਦਾ ਸੀ ਬੱਚੇ ਨੂੰ, ਬੱਚਾ ਆਕਸੀਜਨ ਦੀ ਸੀ ਇਹਨਾਂ ਦਾ। ਮੇਰਾ ਨਾਮ ਤੂਫਾਨ ਸਿੰਘ, ਮੈਂ ਪਿੰਡ ਚੱਕਧਾਰੀਵਾਲ ਤੋਂ ਇੱਥੇ ਆਏ ਸੀ ਆਪਾਂ ਐਤਵਾਰ 3 ਵਜੇ। ਤੁਸੀਂ ਕੀ ਲੱਗਦੇ ਬੱਚੇ ਦੇ ਜਿਹੜੀ ਡੈਥ ਹੋਈ? ਮੈਂ ਉਹਨਾਂ ਦਾ ਬਾਪ ਤੇ ਉਹਨਾਂ ਨੇ ਇੱਥੇ, ਮੈਂ ਐਤਵਾਰ ਆਇਆ ਸੀ 3 ਵਜੇ ਨਾਲ, ਡਾਕਟਰ ਉਹਨਾਂ ਨੇ ਟ੍ਰੀਟਮੈਂਟ ਕੀਤਾ, ਮਤਲਬ ਲੜਕੀ ਹੋਈ 4 ਵਜੇ ਹੋਈ ਲੜਕੀ, ਉਹ ਡਾਕਟਰ ਕਹਿੰਦੇ ਠੀਕ ਹੈ ਕੋਈ ਦਿੱਕਤ ਨਹੀਂ ਹੈ, ਤੇ ਪੈਸੇ ਲੈਂਦੇ ਵੀ ਰਹੇ, ਟੈਸਟ ਹੋਏ, ਟੈਸਟ ਬਿਲਕੁਲ ਵਧੀਆ, ਕੋਈ ਦਿੱਕਤ ਨਹੀਂ ਟੈਸਟਾਂ 'ਚ, ਤੇ ਸਾਰੀ ਰਾਤ ਮਤਲਬ ਕਿ ਲੜਕੀ ਦੁੱਧ ਵੀ ਪੀਂਦੀ ਰਹੀ, ਸਭ ਕੁਝ ਵਧੀਆ, ਰੋਂਦੀ ਵੀ ਰਹੀ, ਸਭ ਕੁਝ ਹੁੰਦਾ ਰਿਹਾ। ਸਵੇਰੇ 3 ਵਜੇ ਨਾ ਮੈਂ ਸਾਈਡ ਤੋਂ ਹੋ ਗਿਆ ਗੁੜੀਆ ਤੋਂ, ਮੈਂ ਆਪਣੀ ਵਾਈਫ ਨਾਲ ਚਲ ਗਿਆ, ਤੇ ਇਹਨਾਂ ਨੇ ਸਰ ਬਾਅਦ ਚੋਂ ਨਾ ਪਤਾ ਨੀ 5-10 ਮਿੰਟਾਂ ਬਾਅਦ ਨਾ ਕਹਿੰਦੇ ਕਿ ਗੁੜੀਆ ਤੁਹਾਡੀ ਜ਼ਿਆਦਾ ਸੀਰੀਅਸ ਹੈ। ਮੈਂ ਕਿਹਾ ਦੇਖ ਕੇ ਬਹੁਤ ਹੀ ਜ਼ਿਆਦਾ, ਜਦੋਂ ਦੇਖਿਆ ਨਾ ਮੈਂ ਉਦੋਂ ਹੀ ਕਹਿ ਤਾ ਕਿ ਜ਼ਿਆਦਾ ਪੂਰੇ ਹੋ ਗਏ ਆ। ਡਾਕਟਰ ਸਾਹਿਬ ਜਦੋਂ ਘਰੋਂ ਆਏ ਆ, ਘਰ ਆਉਣ ਤੋਂ ਪਹਿਲਾਂ ਪੂਰੀ ਹੋ ਗਈ ਸੀ। ਮੈਂ ਇੱਥੇ ਸੀ, ਮੈਨੂੰ ਕੋਈ ਦੱਸਦੇ ਗੱਲ ਬਾਤ ਕਿ ਮੈਂ ਗੱਡੀ ਲੈ ਕੇ ਇੱਥੇ ਸੀ, ਮੈਂ 10-15 ਮਿੰਟ 'ਚ ਬੰਦਾ ਪਠਾਨਕੋਟ ਪਹੁੰਚ ਜਾਂਦਾ, ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਜੇ ਤੱਕ ਨਹੀਂ ਦੱਸਿਆ ਕਿ ਗੁੜੀਆਂ ਨੂੰ ਕੀ ਦਿੱਕਤ ਸੀ, ਅੱਜ ਚੌਥਾ ਦਿਨ ਹੋ ਗਿਆ। ਡਾਕਟਰ ਸਾਹਿਬ ਮੇਰੇ ਸਾਹਮਣੇ ਨਹੀਂ ਆਉਂਦਾ ਪਿਆ, ਜੇ ਮੈਂ ਇੱਥੇ ਆਵਾਂ ਡਾਕਟਰ ਸਾਹਿਬ ਉੱਧਰ ਚੱਲ ਜਾਂਦੇ ਆ, ਕਿ ਮੈਂ ਗੁੜੀਆ ਦਾ ਬਾਪ ਐ, ਚਲੋ ਕੁਛ ਵੀ ਹੋ ਗਿਆ, ਡਾਕਟਰ ਸਾਹਿਬ ਮੈਨੂੰ ਦੱਸ ਦੇ ਸਕਦੇ ਸੀ ਨਾ ਕਿ ਬੇਟਾ ਇੱਦਾਂ ਦਾ ਗੱਲਬਾਤ ਹੋ ਗਈ। ਡਾਕਟਰ ਸਾਹਿਬ ਹਜੇ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਹੀਂ, ਕਿਸੇ ਨੇ ਗਲਤੀ ਡਾਕਟਰ ਦੀ ਹੈ ਜੀ, ਕੋਈ ਬਿਲਕੁਲ ਕੋਈ ਕਾਰਨ ਨਹੀਂ ਦੱਸਿਆ, ਮੈਨੂੰ ਮਿਲੇ ਨਹੀਂ ਅਜੇ ਤੱਕ, ਮੈਨੂੰ ਛੁੱਟੀ ਮਿਲਣ ਲੱਗੀ ਹੈ, ਅਜੇ ਤੱਕ ਮਿਲੇ ਨਹੀਂ ਹੈ। ਟ੍ਰੀਟਮੈਂਟ ਕਿਹੜੇ ਡਾਕਟਰ ਨੂੰ ਚੱਲ ਰਿਹਾ? ਗਗਨ ਡਾਕਟਰ ਹੈ, ਤੇ ਉਹਨਾਂ ਨੇ ਸ਼ਾਮ ਨੂੰ ਕਦੋਂ, ਲੜਕੀ ਬਹੁਤ ਵਧੀਆ, ਮੈਂ ਤੁਹਾਨੂੰ ਫੋਟੋ ਦਿਖਾ ਦੇਣਾ, ਲੜਕੀ ਬਹੁਤ ਵਧੀਆ, ਕੋਈ ਦਿੱਕਤ ਨਹੀਂ, ਟੈਸਟਾਂ 'ਚ ਕੋਈ ਦਿੱਕਤ ਨਹੀਂ ਹੈ। ਬੱਚੇ ਦੀ ਮਾਂ ਨੂੰ ਦੱਸੋ ਕਿਉਂ ਕੱਢਣਾ ਉਹਨਾਂ ਨੂੰ, ਸਰ ਕਿੱਦਾਂ ਦੱਸ ਸਕਦੇ, ਦੱਸੋ ਉਹਨੂੰ ਦੱਸ ਸਕਦੇ, ਉਹਨੂੰ ਨਹੀਂ ਸਰ ਦੱਸ ਸਕਦੇ, ਪਰ ਕੋਈ ਗੱਲ ਨਹੀਂ, ਹੌਲੀ ਹੌਲੀ ਦੱਸ ਦਾਂਗੇ। ਸਰ ਇੱਥੋਂ ਬਾਹਰ ਦੇ ਕੇਸ ਆਉਂਦੇ, ਕਹਿੰਦਾ ਜੰਮੂ ਦੇ ਕੇਸ ਆ ਗਏ ਆ, ਉਹਨਾਂ ਨਾਲ ਹੋ ਗਿਆ, ਉਹ ਦੱਸਦੇ ਨਹੀਂ ਆ, ਕਿੱਡੀ ਦੂਰੋਂ ਆਏ ਹੁੰਦੇ ਆ, 2 ਜਣੇ ਆਉਂਦੇ ਆ, ਉਹ ਫਿਰ ਕੀ ਦੱਸ ਸਕਦੇ ਆ, ਬਹੁਤ ਕੇਸ ਹੋਏ ਏਦਾਂ ਦੇ, ਇਹਨਾਂ ਦੇ ਨਾਲ ਦੇ ਸਾਰੇ ਦੱਸਦੇ ਪਏ। ਪਹਿਲਾਂ ਕੋਈ ਸਾਡੇ ਪਿੰਡ ਧਾਰੀਵਾਲ ਚ ਬਹੁਤ ਹਾਦਸੇ ਹੋਏ, ਮੇਰੇ ਮੰਗ ਕਰਦੇ ਆ ਕਿ ਕਿਸ ਕੱਲ ਨੂੰ ਕਿਸੇ ਨਾਲ ਨਾ ਧੋਖਾ ਹੋਏ, ਤੇ ਡਾਕਟਰ ਵੀ, ਡਾਕਟਰ ਬਣਾਏ, ਇਹਨਾਂ ਦਾ ਪਤਾ ਨੀ ਲਾਇਸੈਂਸ ਵੀ ਹੈਗਾ ਕਿ ਨਹੀਂ, ਕਿ ਲਾਇਸੈਂਸ ਵੀ ਚੈੱਕ ਕੀਤਾ ਜਾਵੇ। ਹਰਦੀਪ ਸਿੰਘ, ਮੈਂ ਬੇਟੀ ਦਾ ਚਾਚਾ ਸੀ, ਮੇਰੀ ਬੇਟੀ ਦੀ ਡੈਥ ਹੋਈ ਹੈ, ਠੀਕ ਹੈ ਜੀ, ਆਪਾਂ ਸ਼ਾਮ ਨੂੰ ਲੈ ਕੇ ਆਏ ਸੀ ਐਤਵਾਰ ਇੱਥੇ, ਠੀਕ ਹੈ, ਬੱਚੀ ਠੀਕ ਹੀ, ਜਦੋਂ ਡਿਲੀਵਰੀ ਹੋਈ ਆ, ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇਹਨਾਂ ਨੇ ਸਾਨੂੰ ਕਿਹਾ ਬਸ ਭਾਫ ਦੇਣੀ ਹੈ, 2 ਮਿੰਟ ਮਸ਼ੀਨ ਚਲਾਉਣੀ ਹੈ, ਆਪਾਂ ਕਿਹਾ ਕੋਈ ਗੱਲ ਨਹੀਂ ਲਾ ਲਓ, ਆਪਾਂ ਚੱਕੀ ਵੀ ਨਹੀਂ, ਬਾਅਦ 'ਚ ਇਹਨਾਂ ਨੇ ਸਾਨੂੰ ਕੁਛ ਵੀ ਨਹੀਂ ਦੱਸਿਆ ਵੀ ਜਾਂ ਬਿਮਾਰ ਹੈ ਜਾਂ ਕੁਛ ਵੀ ਹੈ, ਰਾਤ ਪੈ ਗਈ, ਠੀਕ ਹੈ ਜੀ, ਰਾਤ ਨੂੰ ਇਹਨਾਂ ਨੇ ਬੱਚੀ ਠੀਕ ਰੋਂਦੀ ਸੀ, ਚੁੱਪ ਹੋ ਜਾਂਦੀ ਸੀ, ਰੋਂਦੀ ਸੀ, ਚੁੱਪ ਹੋ ਜਾਂਦੀ ਸੀ, ਉਸ ਤੋਂ ਬਾਅਦ ਸਰ ਇਹਨਾਂ ਨੇ
ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ। ਬਾਅਦ ਚੋਂ ਬ੍ਰਦਰ ਮੇਰੇ ਇੱਥੇ ਸੀ, ਬ੍ਰਦਰ ਮੇਰੇ ਆਪਣੀ ਵਾਈਫ ਕੋ ਗਏ ਆ, ਅਤੇ ਉਹ ਵਾਪਸ ਜਦੋਂ ਉਹਨਾਂ ਨੂੰ ਆਵਾਜ਼ ਮਾਰੀ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਇੱਧਰ ਅੱਜ ਤੁਹਾਡੀ ਕੁੜੀ ਬਿਮਾਰ ਜ਼ਿਆਦਾ ਆ। ਅਤੇ ਪਹਿਲਾਂ ਸਾਨੂੰ ਕੁਛ ਨਹੀਂ ਦੱਸਿਆ, ਬਿਮਾਰ ਹੈ ਵੀ ਨਹੀਂ ਸੀ, ਅਤੇ ਕਹਿੰਦੇ ਵੀ ਬਿਮਾਰ ਆ ਤੁਹਾਡੀ ਬੇਟੀ। ਅਤੇ ਜਦੋਂ ਆਪਾਂ ਸਰ ਆਪਾਂ ਪਹੁੰਚੇ ਅਤੇ ਦੇਖਿਆ ਤੁਹਾਡੀ ਕੁੜੀ ਖਤਮ ਹੋ ਗਈ ਸੀ, ਠੀਕ ਹੈ ਜੀ ਸਰ, ਅਤੇ ਸਾਨੂੰ ਕੁਛ ਵੀ ਨਹੀਂ ਕਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ। ਮੇਰੀ ਮਾਤਾ ਸੀ ਇੱਥੇ, ਅਤੇ ਉਹਨਾਂ ਨੂੰ ਇਹਨਾਂ ਨੇ ਬਸ ਕੁੜੀ ਫੜਾਤੀ, ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ, ਅਤੇ ਕੁੜੀ ਤੁਹਾਡੀ ਡੈਥ ਹੋ ਗਈ ਹੈ, ਅਤੇ ਤੁਸੀਂ 4,000 ਰੁਪਇਆ ਜਮ੍ਹਾਂ ਕਰਾਓ ਅਤੇ ਆਪਾਂ ਤੁਹਾਨੂੰ ਕੁੜੀ ਤੁਹਾਡੇ ਹੱਥ 'ਚ ਫੜਾ ਦਈਏ, ਅਤੇ ਇੱਦਾਂ ਆਪਾਂ ਤੁਹਾਨੂੰ ਕੁੜੀ ਨਹੀਂ ਦੇਣੀ। ਪਹਿਲਾਂ ਵੀ ਕੋਈ ਬੱਚਾ ਹੈਗਾ ਤੁਹਾਡੇ? ਨਹੀਂ ਸਰ, ਪਹਿਲਾਂ ਬੱਚਾ ਹੀ। ਸਾਨੂੰ ਤਾਂ ਸਰ ਖੁਸ਼ੀ ਬਹੁਤ ਸੀ ਵੀ ਸਾਡੇ ਘਰ ਬੇਟੀ ਆਈ ਹੈ, ਕਿਉਂਕਿ ਸਰ ਆਪਾਂ 3 ਭਰਾ ਸੀ, ਅਤੇ ਅੱਗੇ ਮੇਰੇ ਘਰ ਵੀ ਬੇਟਾ ਹੀ ਹੋਇਆ, ਅਤੇ ਆਪਾਂ ਨੂੰ ਬਹੁਤ ਖੁਸ਼ੀ, ਆਪਾਂ ਕਿਹਾ ਵੀ ਚਲੋ ਸਾਡੇ ਘਰ ਦੇਵੀ ਆਈ ਹੈ, ਪਰ ਸਰ ਸਾਡੇ ਨਾਲ ਇਹ ਬੀਤਿਆ। ਇਹਦਾ ਸਟਾਫ ਸਾਰਾ ਸੁੱਤਾ ਹੁੰਦਾ, ਮਰੀਜ਼ ਰੋਣ ਦੇ ਹੁੰਦੇ ਆ, ਕਿਤੇ ਕਿਤੇ ਦਰਦ ਹੋਣ ਦੀ, ਕਦੇ ਕਿਤੇ ਦਰਦ ਹੋਣ ਦੀ। ਡਾਕਟਰ ਨਾਲ ਗੱਲਬਾਤ ਕੀਤੀ ਤੁਸੀਂ? ਹਾਂਜੀ ਸਰ, ਡਾਕਟਰ ਨਾਲ ਗੱਲਬਾਤ ਕੀਤੀ, ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਆਪਾਂ 5 ਮਿੰਟ ਜਾ ਗਏ, 10 ਮਿੰਟ ਜਾ ਗਏ, 1.5 ਘੰਟੇ ਜਾ ਗਏ, 2 ਘੰਟੇ ਹੋ ਗਏ ਸਰ, ਹਾਲੇ ਤੱਕ ਕੋਈ ਨਹੀਂ ਆਇਆ। ਆਹ ਪਿੱਛੇ ਦੀ ਫੋਟੋ ਹੈ ਜੀ, ਇਹ ਕਦੋਂ ਦਾ ਹਾਦਸਾ ਕਦੋਂ ਦਾ ਹੋਇਆ ਹੈ? ਸਰ ਇਹ ਸੋਮਵਾਰ ਦਾ ਹੋਇਆ, ਆਪਾਂ ਤਾਂ ਨਹੀਂ ਪਹਿਲਾਂ ਆਵਾਜ਼ ਉਠਾਈ ਕਿਉਂਕਿ ਆਪਾਂ ਦੱਸਿਆ ਨਹੀਂ ਸੀ ਲੜਕੀ ਦੀ ਮਾਤਾ ਨੂੰ, ਆਪਾਂ ਦੱਸਿਆ ਨਹੀਂ ਵੀ ਇੱਦਾਂ ਦਾ ਗੱਲ ਹੈ, ਤੁਹਾਡੀ ਬੇਟੀ ਤੇਰੀ ਪੂਰੀ ਹੋ ਗਈ ਹੈ, ਠੀਕ ਹੈ ਜੀ। ਅੱਜ ਉਹਨੂੰ ਛੁੱਟੀ ਮਿਲੀ ਹੈ ਅਤੇ ਆਪਾਂ ਅੱਜ ਤਾਂ ਆਵਾਜ਼ ਉਠਾਈ ਹੈ। ਹਾਂਜੀ ਜੀ, ਕੱਲ੍ਹ ਇੱਕ ਚੱਕ ਧਾਰੀਵਾਲ ਤੋਂ ਸਾਡੇ ਵਰਕਰ ਨੇ ਆਪਣੇ ਅਕਾਲੀ ਦਲ ਦੇ, ਇਹਨਾਂ ਦੀ ਨੂੰਹ ਜਿਹੜੀ ਇੱਥੇ ਐਡਮਿਟ ਕਰਵਾਈ, ਬੱਚਾ ਹੋਣ ਵਾਲਾ ਸੀ, ਤਕਰੀਬਨ ਜਿਹੜਾ ਉਹ ਪੇਟ ਠੀਕ ਹੋ ਗਿਆ, ਅਤੇ ਰਾਤ ਨੂੰ ਜਿਹੜੀ ਬੇਟੀ ਆ ਉਹ ਦੱਸਿਆ ਗਿਆ ਵੀ ਕੋਈ ਢਿੱਲੀ ਹੋ ਗਈ ਕਿਸੇ ਪਾਸੋਂ, ਪਰ ਪਰਿਵਾਰ ਨੇ ਸਪਸ਼ਟ ਨਹੀਂ ਕੀਤਾ ਗਿਆ ਵੀ ਬੱਚੇ ਨੂੰ ਪ੍ਰੋਬਲਮ ਕੀ ਹੈ। ਉਹ ਹਨੇਰੇ ਦੇ ਵਿੱਚ ਇੱਥੇ ਕੋਈ ਡਾਕਟਰ ਗਗਨ ਨੇ ਬੱਚਿਆਂ ਵਾਲੇ, ਹੋਰ ਰਣਦੀਪ ਹੋਸਪਿਟਲ